लुधियाणा के गुरबचन नगर की रहण वाली परमिंदर कौर उर्फ चिट्टे वाली भाभी पुलिस ने नशे समेत गिरफ्तार किया है। इस संबंधी ADCP लुधियाणा जसकिरणजीत सिंह ने दसिया कि गिरफ्तार महिला बीते कई सालों तो नशे की सप्लाई का गोरख धंधा अपने परिवार के नाल मिलकर कर रही थी, जिस विच इसका पति ते भरा भी शामिल हैं। उक्त महिला चिट्टे वाली भाभी के नाते इलाके भर में मशहूर है। एक साढ़े दाबे थाने दे 47 नंबर मुकदमा जिहड़ा 11/5/2020 307/34 IPC दे नाल आरंभिक तो दर्ज होया सी, जिस दे विच इह गुरबचन नगर की रहने वाली है, वो सामने एक गुआंढी दे जिहड़ा इन्हां ने एक गोली मारी सी। उत्थे जो उस पुछगिछे पता लग्या सी वी इह जिहड़ा चिट्टे दा सारा परिवार काम करदा, प्लस इहदा भरा इहदा घर वाला, ते उस मुकदमे च तीनों दोषी जिहड़े आ भज्जे होए सी। उस सब तो पहले जिहड़ा घर वाला सुनील कुमार जिहड़ा उन्हूं पुलिस ने गिरफ़्तार किया। गिरफ़्तारी तो बाद दूसरा इहदा जिहड़ा भरा सी हरप्रीत सिंह उर्फ वीतू उन्हूं गिरफ़्तार किया। उहदे गिरफ़्तार करन तो बाद इहदे भरा दे कोलों जिहड़ा 55 ग्राम नशीला पाउडर मिलिया सी। उस तो बाद जिहड़ा उहदे उत्ते वक्खरा एक मुकदमा जिहड़ा NDPS दा 62 नंबर मुकदमा 28/5/2020 21/5/85 दा उहदे खिलाफ़ दर्ज किया गया। ਉਹਦੀ ਪੁੱਛਗਿੱਛ ਦੇ ਵਿੱਚ ਇਹਦੇ ਬ੍ਰਦਰ ਦੇ ਜਿਹੜਾ ਆਇਆ ਵੀ ਮੈਂ ਆਪਣੀ ਭੈਣ ਅਤੇ ਮੇਰਾ ਜੀਜਾ ਸੀ ਰਲ ਕੇ ਜਿਹੜਾ ਇਹ ਚਿੱਟੇ ਦਾ ਕੰਮ ਕਰਦੇ ਹਾਂ, ਤਾਂ ਉਹਦੇ ਵਿੱਚ ਇਹਦੀ ਭੈਣ ਨੂੰ ਵੀ ਉਸ ਮੁਕੱਦਮੇ 'ਚ ਨਾਮਜ਼ਦ ਕਰਕੇ ਅੱਜ ਉਹਨੂੰ ਜਿਹੜਾ 8 ਤਰੀਕ ਨੂੰ ਹੁਣ ਜਿਹੜਾ ਇਹ ਲੇਡੀ ਹੈ ਇਹਦਾ ਨਾਮ ਹੈਗਾ ਪਰਮਿੰਦਰ ਕੌਰ ਉਰਫ ਨਾਣੋ ਉਰਫ ਚਿੱਟੇ ਵਾਲੀ ਭਾਬੀ ਕਹਿੰਦੇ ਆ, ਜੋ ਇਹ ਕਾਫੀ ਆਲੇ ਦੁਆਲੇ ਜਿਹੜਾ ਇਹਦਾ ਜਿਹੜਾ ਪ੍ਰੀਵੀਅਸ ਰਿਕਾਰਡ ਵੀ ਮਾੜਾ, ਕਿਉਂਕਿ ਇਹ ਪਹਿਲਾਂ ਵੀ 307 'ਚ ਵੀ ਜੇਲ੍ਹ ਕੱਟੀ ਹੈ, ਇਹਦੇ ਖਿਲਾਫ਼ NDPS ਦਾ ਪਹਿਲਾਂ ਮੁਕੱਦਮਾ ਦਰਜ ਹੈ। ਉਹਦੇ ਵਿੱਚ ਇਹਨੂੰ ਜਿਹੜਾ ਗ੍ਰਿਫਤਾਰ ਕੀਤਾ ਸੀ, ਹੁਣ ਇਹਦੀ ਫਰਦਰ ਜਿਹੜੀ ਪੁੱਛਗਿੱਛ ਦੌਰਾਨ ਦਫਾ 27 ਦੇ ਵਿੱਚ ਜਿਹੜਾ ਇਹਦੇ ਕੋਲੋਂ 8 ਗ੍ਰਾਮ ਨਸ਼ੀਲਾ ਪਾਊਡਰ ਹੋਰ ਬਰਾਮਦ ਕੀਤਾ, ਅਤੇ ਹੁਣ ਇਹਦੀ 307 ਦੇ ਮੁਕੱਦਮੇ ਅਤੇ NDPS ਦੇ ਮੁਕੱਦਮੇ ਦੋਨਾਂ 'ਚ ਜਿਹੜਾ ਇਹਨੂੰ ਗ੍ਰਿਫਤਾਰ ਕੀਤਾ ਗਿਆ। ਹੁਣ ਇਹਨੂੰ ਮਾਣਯੋਗ ਕੋਰਟ 'ਚ ਪੇਸ਼ ਕਰਕੇ ਅੱਗੇ ਫਰਦਰ ਹੋਰ ਪੁੱਛਗਿੱਛ ਕਰਾਂਗੇ, ਅਤੇ ਜਿਹੜੀ ਇਹਨੇ ਇਸ ਡਰੱਗ ਇਹ ਧੰਦੇ ਤੋਂ ਜਿਹੜੇ ਕੋਈ ਇਹਨੇ ਆਪਣੀ ਪ੍ਰੋਪਰਟੀਆਂ ਹੋਰ ਬਣਾਈਆਂ ਉਹ ਜਿਹੜੀਆਂ ਸਾਰੀਆਂ ਅਸੀਂ ਫਰੀਜ਼ ਕਰਾਵਾਂਗੇ। ਇਹ ਤਕਰੀਬਨ 5-6 ਸਾਲ ਤੋਂ ਇਹ ਕੰਮ ਕਰ ਰਹੀ ਹੈ। ਇਹ ਜੇਲ੍ਹ ਦੇ ਵਿੱਚ 307 'ਚ ਵੀ ਰਹਿ ਕੇ ਆਈ ਹੈ ਅਤੇ NDPS 'ਚ ਵੀ ਰਹਿ ਕੇ ਆਈ ਹੈ, ਜੋ ਇਹਦਾ ਹੁਣ ਤੱਕ ਜਿਹੜਾ ਪ੍ਰੀਵੀਅਸ ਹੋਰ ਵੀ ਚੈੱਕ ਕੀਤਾ, ਜਿਹੜਾ ਇਹਦੇ ਪੇਕਾ ਪਰਿਵਾਰ ਹੈ ਉਹਦੇ ਵਿੱਚ ਵੀ ਜਿਹੜੀ ਇਹਦੀ ਮਦਰ ਹੈ ਉਹ ਫੌਜਣ ਦੇ ਨਾਮ 'ਤੇ ਬੜੀ ਮਸ਼ਹੂਰ ਸੀ, ਅਤੇ ਉਹਦੇ ਖਿਲਾਫ਼ ਵੀ ਕਾਫੀ ਮੁਕੱਦਮੇ ਦਰਜ। ਉਹਦੇ ਵਿੱਚ ਜਿਹੜਾ ਇਹਦਾ ਘਰ ਵਾਲਾ ਇਹਦਾ ਭਰਾ ਅਤੇ ਇਹਨਾਂ ਦਾ ਹੀ ਹੱਥ ਸੀ ਜਿਹੜਾ ਉਸ ਬੰਦੇ ਨੂੰ ਇਹਨਾਂ ਨੇ ਗਲੀ ਦੇ ਵਿੱਚ ਜਿਹੜਾ ਗੋਲੀ ਮਾਰੀ ਸੀ, ਤਾਂ ਉਹ ਬੰਦਾ ਇੰਜਰਡ ਹੋਣ ਤੋਂ ਬਾਅਦ ਉਹਦੇ ਬਿਆਨ 'ਤੇ ਹੀ ਪਹਿਲਾਂ ਜਿਹੜਾ ਮੁਕੱਦਮਾ ਜਿਹੜਾ ਦਰਜ ਹੋਇਆ ਸੀ। ਇਹ ਜੇਲ੍ਹ ਹੁਣ ਤੱਕ ਸਾਡੇ ਰਿਕਾਰਡ ਮੁਤਾਬਿਕ 2 ਵਾਰ ਜੇਲ੍ਹ ਗਈ ਹੈ, ਹੁਣ ਇਹ ਰੀਸੈਂਟਲੀ ਜਿਹੜੀ ਹੈ ਜ਼ਮਾਨਤ 'ਤੇ ਆਈ ਹੋਈ ਸੀ। ਹੁਣ ਇਹਦਾ ਅਸੀਂ ਮਾਣਯੋਗ ਕੋਰਟ 'ਚ ਪੇਸ਼ ਕਰਕੇ ਇਹਦਾ ਰਿਮਾਂਡ ਲਵਾਂਗੇ ਅਤੇ ਹੋਰ ਫਰਦਰ ਜਿਹੜੀ ਪੁੱਛਗਿੱਛ ਕਰ। ਇਹਨੇ ਜੋ ਹੁਣ ਤੱਕ ਦੀ ਸਾਨੂੰ ਪ੍ਰੀਲਿਮਨਰੀ ਜਿਹੜੀ ਇਨਕੁਆਇਰੀ ਉਹਦੇ ਵਿੱਚ ਦੱਸਿਆ ਵੀ ਮੈਂ ਹਰਿਆਣੇ 'ਚੋਂ ਲਿਆਉਂਦੀ ਹਾਂ, ਉਹ ਅਸੀਂ ਅੱਗੇ ਇਨਵੈਸਟੀਗੇਸ਼ਨ ਦਾ ਪਾਰਟ ਹੈ, ਉਹ ਵੀ ਬੰਦੇ ਅੱਗੇ ਅਸੀਂ ਨਾਮਜ਼ਦ ਕਰਕੇ ਪਿੱਛੇ ਤੱਕ ਜਿਹੜੀ ਇਸ ਗੱਲ ਦੀ ਭੋਖ ਪੜਤਾਲ ਕਰਾਂਗੇ ਅਤੇ ਕਾਰਵਾਈ ਕਰਾਂਗੇ। ਇਹ ਜਿਹੜੇ ਨਵੇਂ ਬੱਚੇ ਜਿਹੜੇ ਯੂਥ ਦੇ ਛੋਟੇ ਉਹਨਾਂ ਨੂੰ ਪਰਚੂਨ 'ਚ ਕਿਸੇ ਨੂੰ ਅੱਧਾ ਗ੍ਰਾਮ ਕਿਸੇ ਨੂੰ ਗ੍ਰਾਮ ਇਸ ਤਰੀਕੇ ਨਾਲ ਇਹ ਲੋਕਾਂ ਨੂੰ ਦੇਖ ਰਿਹਾ। ਦੇਸ਼ ਦੁਨੀਆ 'ਤੇ ਕੋਰੋਨਾ ਮਹਾਂਮਾਰੀ ਦਾ ਅਸਰ, ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ ਕਸਬਾ ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼, ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।